ਓਸ਼ੋ ਮਧੂ ਮੱਖੀਆਂ ਦੇ ਛੇੜੇ ਗਏ ਛੱਤੇ ਦੇ ਵਾਂਗ ਹੀ ਮਨੁੱਖ ਦੇ ਮਨ ਦੀ ਹਾਲਤ ਵੀ ਹੈ। ਵਿਚਾਰ ਅਤੇ ਵਿਚਾਰਾਂ ਦੀ ਇਸ ਪਿਣਕਾਹਟ ਨੇ ਮੱਖੀਆਂ ਦੀ ਤਰ੍ਹਾਂ ਮਨੁੱਖ ਦੇ ਮਨ ਨੂੰ ਘੇਰਿਆ ਹੋਇਆ। ਇਹਨਾਂ ਵਿਚਾਰਾਂ 'ਚ ਘਿਰਿਆ ਹੋਇਆ ਮਨੁੱਖ ਅਸ਼ਾਂਤੀ ਵਿੱਚ, ਤਣਾਓ ਵਿੱਚ ਅਤੇ ਚਿੰਤਾ 'ਚ ਜਿਉਂਦਾ ਹੈ। ਜੀਵਨ ਨੂੰ ਜਾਣਨ ਅਤੇ ਪਛਾਣਨ ਲਈ ਝੀਲ ਦੇ ਵਾਂਗ ਮਨ ਸ਼ਾਂਤ ਚਾਹੀਦਾ ਹੈ, ਜਿਸ ਉੱਪਰ ਕੋਈ ਲਹਿਰ ਨਾ ਉੱਠਦੀ ਹੋਵੇ। ਜੀਵਨ ਦੇ ਨਾਲ ਵਾਕਫ ਹੋਣ ਦੇ ਲਈ ਸ਼ੀਸ਼ੇ ਵਾਂਗ ਨਿਰਮਲ ਮਨ ਚਾਹੀਦਾ ਹੈ, ਜਿਸ ਉੱਪਰ ਕੋਈ ਧੂੜ ਨਾ ਜੰਮੀ ਹੋਵੇ। ਪਰ ਸਾਡਾ ਮਨ ਹੈ ਮਧੂ ਮੱਖੀਆਂ ਦੀ ਤਰ੍ਹਾਂ, ਨਾ ਤਾਂ ਉਹ ਸ਼ੀਸ਼ਾ ਹੈ ਨਾ ਉਹ ਸ਼ਾਂਤ ਝੀਲ ਹੈ। ਅਜਿਹੇ ਮਨ ਨੂੰ ਲੈ ਕੇ ਜੇ ਅਸੀਂ ਸੋਚਦੇ ਹੋਈਏ ਕਿ ਅਸੀਂ ਕੁਝ ਜਾਣ ਸਕਾਂਗੇ ਜਾਂ ਅਸੀਂ ਕੁਝ ਪਾ ਸਕਾਂਗੇ ਜਾਂ ਅਸੀਂ ਕੁਝ ਹੋ ਸਕਾਂਗੇ, ਤਾਂ ਵੱਡੀ ਭੁੱਲ ਹੈ। ਵਿਚਾਰਾਂ ਦੀ ਇਸ ਤੇਜ਼ ਧਾਰਾ ਤੋਂ ਮੁਕਤ ਹੋਣਾ ਬਹੁਤ ਜ਼ਰੂਰੀ ਹੈ। ਵਿਚਾਰ ਵਿਚਾਰ ਅਤੇ ਵਿਚਾਰ ਤੰਦਰੁਸਤੀ ਦੇ ਲੱਛਣ ਨਹੀਂ ਹਨ, ਰੋਗੀ ਚਿੱਤ ਦੀ ਦਸ਼ਾ ਹੈ। ਜਦ ਕਿਸੇ ਦਾ ਮਨ ਸੰਪੂਰਨ ਰੂਪ ਨਾਲ ਸ਼ੁੱਧ ਅਤੇ ਸਵੱਛ ਹੁੰਦਾ ਹੈ ਤਾਂ ਵਿਚਾਰ ਸ਼ੂਨਿਆ ਹੋ ਜਾਂਦੇ ਹੈ, ਸਿਰਫ ਵਿਵੇਕ ਬਾਕੀ ਰਹਿ ਜਾਂਦਾ ਹੈ। ਪਰ ਜਦ ਕੋਈ ਮਨ ਰੋਗੀ ਅਤੇ ਬਿਮਾਰ ਹੁੰਦਾ ਹੈ ਤਾਂ ਵਿਵੇਕ ਵੀ ਸ਼ੂਨਿਆ ਹੋ ਜਾਂਦਾ ਹੈ, ਸਿਰਫ ਵਿਚਾਰਾਂ ਦੀ ਭੀੜ ਰਹਿ ਜਾਂਦੀ ਹੈ। ਅਸੀਂ ਵਿਚਾਰਾਂ ਦੀ ਭੀੜ ਵਿੱਚ ਹੀ ਜਿਉਂਦੇ ਹਾਂ। ਧੰਨਵਾਦ।